ਪੰਜਾਬ ਭਾਜਪਾ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਲੋਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਨ ਦੀ ਤਾਕੀਦ ਕੀਤੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸਾਬਕਾ ਸਰਕਾਰ ਤੇ ਫੰਡਾਂ ਦੀ ਦੁਰਵਰਤੋਂ ਦੇ ਲਾਏ ਇਲਜ਼ਾਮਾਂ ਤੋਂ ਬਾਅਦ ਭਾਜਪਾ ਹੁਣ ਅਟੈਕਿੰਗ ਮੋਡ ਵਿੱਚ ਆ ਗਈ ਹੈ। ਪੰਜਾਬ ਭਾਜਪਾ ਦੇ ਉਪ ਪ੍ਰਧਾਨ ਹਰਜੀਤ ਗਰੇਵਾਲ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਚੋਣ ਵਾਅਦੇ ਪੂਰੇ ਨਾ ਕੀਤੇ ਤਾਂ ਬੀਜੇਪੀ ਉਨ੍ਹਾਂ ਖਿਲਾਫ਼ ਪ੍ਰਦਰਸ਼ਨ ਦਾ ਮੋਰਚਾ ਖੋਲ੍ਹ ਦੇਵੇਗੀ। ਉਨ੍ਹਾਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਤੋਂ ਸਾਬਕਾ ਸਰਕਾਰ ਦੇ ਕਥਿਤ ਘਪਲਿਆਂ ਸੰਬੰਧੀ ਸਬੂਤ ਦੇਣ ਦੀ ਮੰਗ ਵੀ ਕੀਤੀ। ਦੀ ਕੈਪਟਨ ਸਾਹਿਬ ਦੀ ਸਰਕਾਰ ਆਈ ਹੈ, ਇਹ ਘੱਟ ਤੋਂ ਘੱਟ ਇਸ ਵੇਲੇ ਕਿਸਾਨਾਂ ਦੀ ਕਰਜ਼ ਮਾਫ਼ੀ ਦਾ ਜੋ ਵੀ ਇਹਨਾਂ ਨੇ ਕਿਸਾਨਾਂ ਨੂੰ ਲਾਭ ਦੇਣਾ ਉਹਦੇ ਅਨਾਊਂਸ ਕਰ ਦੇਣ ਔਰ ਇੱਕ ਵਾਰ ਉਸਨੂੰ ਡਿਕਲੇਅਰ ਕਰਨ, ਨੋਟੀਫਿਕੇਸ਼ਨ ਕਰਨ ਉਹਦਾ ਜਾਰੀ, ਪਰ ਇਸ ਤਰ੍ਹਾਂ ਨਾ ਕਰਨ ਕਿ ਉਹਨਾਂ ਨੂੰ ਲਾਰਾ ਲੱਪਾ ਲਾ ਕੇ ਰੱਖਣ। ਨਹੀਂ ਤਾਂ ਇਹ ਕਿਸਾਨ ਆਤਮ ਹੱਤਿਆਵਾਂ ਦੀ ਦੋਸ਼ੀ ਜਿਹੜੀ ਆ ਉਹ ਕਾਂਗਰਸ ਔਰ ਕੈਪਟਨ ਸਾਹਿਬ ਨੇ ਮਹੀਨੇ ਦੋ ਮਹੀਨੇ 'ਚ ਇਹਨਾਂ ਨੌਕਰੀਆਂ ਦਾ ਇੰਤਜ਼ਾਮ ਨਾ ਕੀਤਾ ਜੋ ਵਾਅਦੇ ਕੀਤੇ ਸੀ, ਉਹ ਸਮਾਰਟਫੋਨ 'ਤੇ ਨੌਕਰੀਆਂ ਲੈਣ ਵਾਸਤੇ ਕਤਾਰਾਂ ਲਗਾ ਕੇ ਇਹਨਾਂ 'ਤੇ ਜਾਇਆ ਕਰਨਗੇ ਸਾਡਾ ਯੁਵਾ ਮੋਰਚਾ। ਔਰ ਬਾਕੀ ਕੈਪਟਨ ਸਾਹਿਬ ਨੂੰ ਇਹ ਵੀ ਸੋਚ ਲੈਣਾ ਚਾਹੀਦਾ ਕਿ ਜਿਸ ਤਰ੍ਹਾਂ ਪ੍ਰਸ਼ਾਸਨ ਚੱਲ ਰਿਹਾ, ਜਿਸ ਤਰ੍ਹਾਂ ਉਹਨਾਂ ਦੇ ਮੰਤਰੀ, ਇੱਕ ਮੰਤਰੀ ਤਾਂ ਮੇਰਾ ਖਿਆਲ ਆ ਜੇ ਕਮੇਡੀ ਸ਼ੋਅ 'ਚੋਂ ਹੀ ਬਾਹਰ ਨਹੀਂ ਆਏ, ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ, ਉਹ ਭਾਸ਼ਾ ਬੰਦ ਕਰਨ। ਹੁਣ ਤਾਂ ਸਿੱਧਾ ਇਹ ਦੱਸਣ ਕਿ ਅਸੀਂ ਫੰਡ ਜਿਹੜੇ ਮਿਸਯੂਟੀਲਾਈਜ਼ ਕਿੱਥੇ ਕੀਤੇ ਨੇ ਜਾਂ ਬਾਦਲ ਸਾਹਿਬ ਨੇ ਕਿੱਥੇ ਕੀਤੇ ਨੇ, ਉਹ ਬਾਦਲ ਸਾਹਿਬ ਦੀ ਦਿੱਖ ਖਰਾਬ ਕਰਨਾ ਚਾਹੁੰਦੇ ਨੇ, ਉਹਨਾਂ ਦਾ ਚਿਹਰਾ ਖਰਾਬ ਕਰਨਾ ਚਾਹੁੰਦੇ ਨੇ, ਕਿਉਂਕਿ ਅਕਾਲੀ ਦਲ ਅੱਗੇ ਉਹਨਾਂ ਦੇ ਸਾਹਮਣੇ ਨਾ